ਟੈਕਨੋਲੋਜੀ ਨਾਲ ਕਿ ਵਿਸਾਖੀ ਦਾ ਦਿਨ ਕੀ ਹੈ, ਬੱਚੇ ਦਾ ਮੀਦਾ ਕੀ ਹੈ। ਅੱਜ ਅਸੀਂ ਇਹਨਾਂ ਨੂੰ ਖੁਦ ਜਾਗਰੂਕਤਾ ਦੇ ਰਹੇ ਦੱਸ ਰਹੇ ਹਾਂ। ਪਹਿਲਾਂ ਵਿਸਾਖੀਆਂ ਮਾਵਾਂ ਭੈਣਾਂ ਨੂੰ ਦੱਸ ਰਹੇ ਹਾਂ ਕਿ ਮੇਰੀ ਮਾਂ ਨੂੰ ਇਹਨੂੰ ਵਿਸਾਖੀ ਤੋਂ ਦੁੱਧ ਪਿਆਇਆ ਸੀ। ਇਹਨਾਂ ਸਾਰਿਆਂ ਨੂੰ ਕਹਿ ਰਹੇ ਹਾਂ ਆਪਣੇ ਬੱਚਿਆਂ ਨੂੰ ਦੁੱਧ ਪਿਆਓ। ਪੰਜਾਬ ਦੇ ਵਿੱਚ ਇੰਨੀ ਵੀ ਜਾਗਰੂਕਤਾ ਨਹੀਂ ਰਹੀ ਕਿ ਮੇਰੀਆਂ ਭੈਣਾਂ ਆਪਣੇ ਔਲਾਦ ਨੂੰ ਬੱਚਿਆਂ ਨੂੰ ਦੁੱਧ ਵੀ ਪਿਆਉਣਾ ਹਟ ਗਈਆਂ ਛਾਤੀ। ਅੱਜ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ, ਦੇਖੋ ਇਹ ਅਕਾਲ ਪੁਰਖ ਨੇ ਦੁੱਧ ਬੱਚੇ ਲਈ ਬਣਾਇਆ। ਨਾ ਇਹ ਦੁੱਧ ਨੂੰ ਪੱਕਾ ਕਰਨਾ ਪੈਂਦਾ, ਨਾ ਠੰਡਾ, ਨਾ ਫਰਿੱਜ ਦੀ ਲੋੜ ਹੈ। ਕੁਦਰਤ ਦੇ ਨਾਲ ਨਾ ਖੇਡੋ। ਪੰਜਾਬ ਜਾਗਰੂਕਤਾ ਦੀ ਬਹੁਤ ਘਾਟ ਹੈ, ਇਸੇ ਕਰਕੇ ਕੈਂਸਰ ਦੀ ਰਾਜ ਤਾਂ ਨਿਬੜ ਚੁੱਕਿਆ। ਅੱਜ ਅਸੀਂ ਕਈ ਕਈ ਭੈਣ ਨੂੰ ਕਹਿ ਰਹੇ ਹਾਂ ਆਪਦੇ ਬੱਚਿਆਂ ਨੂੰ ਜ਼ਰੂਰ ਛਾਤੀ ਦੁੱਧ ਪਿਆਓ। ਨਾਲ ਇਹ ਵੀ ਇਹਨਾਂ ਨੂੰ ਗਰੰਟੀ ਦੇ ਰਹੇ ਭੈਣਾਂ ਨੂੰ ਕਿ 80% ਤੁਹਾਨੂੰ ਮੈਂ ਕਹਿ ਦਿੰਦਾ ਕਿ ਛਾਤੀ ਦਾ ਕੈਂਸਰ ਨਹੀਂ ਹੋਏਗਾ। ਪਰ ਜੇ ਤਾਂ ਜਾਗਰੂਕਤਾ ਹੀ ਹੈ ਨਹੀਂ ਗੀ ਕਿ ਕੈਂਸਰ ਨਾਲ ਮਰ ਰਹੇ ਆ, ਆਓ ਇਹਨਾਂ ਮਾਵਾਂ ਭੈਣਾਂ ਦੀ ਜਾਨ ਬਚਾਈ। ਸੇਵ ਏ ਮਦਰ ਚਲਾਈ, ਪਲੀਜ਼ ਸਪੋਰਟ ਵਰਲਡ ਕੈਂਸਰ ਕੇਅਰ। ਸਾਡਾ ਨੰਬਰ ਥੱਲੇ ਚੱਲ ਰਿਹਾ, ਜੇ ਪਿੰਡ ਸਾਡੀ ਟੀਮ ਨਹੀਂ ਪਹੁੰਚੀ ਪਲੀਜ਼ ਲੈ ਕੇ ਜਾਓ। ਥੈਂਕ ਯੂ।